ਮੇਰਾ ਨਾਮ ਮਮਨ ਸ਼ਾਨ ਹੈ ਮੇਰੇ ਬੇਟੇ ਦਾ ਨਾਮ ਮਮਨ ਸੁਲੇਮਾਨ ਹੈ ਇਹਨੂੰ ਛੋਟੇ ਪਿਸ਼ਾਬ ਦਾ ਮਸਲਾ ਹੈਗਾ ਜੀ ਤੇ ਅਸੀਂ 7 ਸਾਲ ਹੋ ਗਿਆ ਵੀ ਚੰਡਲ ਹਸਪੀਟਲ ਫਿਰਦਿਆਂ ਨੂੰ ਕਿਸੇ ਨੇ ਸਾਡੇ ਗੱਲ ਨਹੀਂ ਸੁਣੀ ਸਾਲ ਦੇ ਟਾਈਮ ਤੋਂ ਟਾਈਮ ਦਿੰਦੇ ਆ ਸਾਨੂੰ ਸਾਲ ਬਾਅਦ ਕਰਾਵਾਂਗੇ ਅਗਲੇ ਸਾਲ ਨੂੰ ਆ ਜਾਣਾ ਸਾਨੂੰ ਉੱਥੇ ਮਰੀਜ਼ ਤਕਰਿਆ ਤੇ ਉਹਨੇ ਸਾਨੂੰ ਕਿਹਾ ਵੀ TH ਦਾਰੇ ਚਲੇ ਜਾਵੋ ਉੱਥੇ ਨਾ ਗਰੀਬ ਬੰਦਿਆਂ ਦਾ ਇਲਾਜ ਕਰਵਾਉਂਦੇ ਆ ਸਾਨੂੰ ਉੱਥੇ ਐਡਰੈਸ ਦਾ ਪਤਾ ਲੱਗਾ ਤੇ ਅਸੀਂ ਐਡਰੈਸ ਲੱਭ ਕੇ ਉੱਥੇ ਪਹੁੰਚੇ ਦਾਰੇ ਦੇ ਵਿੱਚ ਸਾਨੂੰ ਉਹਨਾਂ ਨੂੰ ਪੁੱਛਿਆ ਸਾਨੂੰ ਦੱਸਿਆ ਉਹਨੂੰ ਸਾਰਾ ਵੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ 7 ਸਾਲ ਦਲੀਲ ਹੋਣੇ ਰਹਾਂ ਤੇ ਬਗਾਤਾ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਕੋਲ ਤੁਸੀਂ ਆਪਣੀਆਂ ਜਿੰਨੀਆਂ ਵੀ ਪਰਚੀਆਂ ਹੈਗੀਆਂ ਸਾਨੂੰ ਲਿਆ ਕੇ ਦਿਓ ਤੁਹਾਡਾ ਅਸੀਂ ਇਲਾਜ ਕਰਾ ਕੇ ਦਿੰਦੇ ਹਾਂ ਅਸੀਂ ਸਾਰੀਆਂ ਪਰਚੀਆਂ ਲਿਆ ਕੇ ਦਿੱਤੀਆਂ ਵਾ ਤੇ ਉਸ ਬਾਅਦ ਸਾਨੂੰ ਉਹਨਾਂ ਨੇ ਟਾਈਮ ਲੈ ਕੇ ਅੱਗੋਂ ਦਿੱਤਾ ਹੈ ਟਾਈਮ ਲੈ ਕੇ ਤੇ ਅਸੀਂ ਉਸ ਬਾਅਦ ਉਹਨਾਂ ਨੇ ਕਿਹਾ ਵੀ ਅਕਰਮ ਹਸਪੀਟਲ ਤੁਸੀਂ ਪਹੁੰਚ ਜਾਣਾ ਅਸੀਂ ਉੱਥੇ ਆਏ ਹਾਂ ਤੇ ਸਾਡੇ ਬੱਚੇ ਦਾ ਨਾ ਮਾਸ਼ਾਅੱਲਾ ਆਪਰੇਸ਼ਨ ਬਹੁਤ ਸੋਹਣਾ ਹੋ ਗਿਆ ਬਗਾਇਤਾ ਵੀ ਕਮਰਾ ਸਾਨੂੰ ਲਹਿਦਾ ਮਿਲਿਆ ਸੀ ਬੈੱਡ ਅਤੇ ਔਰ ਹਰ ਚੀਜ਼ ਦੀ ਸਹੂਲਤ ਮਿਲੀ ਦਵਾਈਆਂ ਸਾਨੂੰ ਫ੍ਰੀ ਮਿਲੀਆਂ ਇੱਥੋਂ ਸਾਡੇ ਕੋਲੋਂ ਕੋਈ ਪੈਸਾ ਨਹੀਂ ਕਿਸੇ ਨੇ ਲਿੱਤਾ ਸਾਰਾ ਕੁਛ ਦਾਰਿਆਂ ਵਾਲੋਂ ਫ੍ਰੀ ਹੋਇਆ ਵਾ ਜਿੰਨੇ ਵੀ ਲੱਗੇ ਉਹ ਦਾਰਿਆਂ ਵਾਲੋਂ ਪੈਸੇ ਲੱਗੇ ਆ ਜਿਨ੍ਹਾਂ ਨੇ ਉਹਨਾਂ ਨੂੰ ਪੈਸੇ ਭੇਜੇ ਉਹਨਾਂ ਦੀ ਵੀ ਮਿਹਰਬਾਨੀ ਔਰ ਦਾਰਿਆਂ ਦੀ ਮਿਹਰਬਾਨੀ